ਇੱਕ ਦੁਕਾਨ ਤੋਂ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਸ਼ਖਸ ਪਹਿਲਾਂ ਦੁਕਾਨ ਵਿਖੇ ਸਮਾਨ ਲੈਣ ਲਈ ਪਹੁੰਚਦਾ ਹੈ ਅਤੇ ਫਿਰ ਮੌਕਾ ਦੇਖਦਿਆਂ ਹੀ ਦੁਕਾਨ ਦੇ ਗੱਲੇ 'ਚੋਂ ਨਕਦੀ ਕੱਢ ਕੇ ਫਰਾਰ ਹੋ ਜਾਂਦਾ। ਇਹ CCTV ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਸ਼ਖਸ ਦੁਕਾਨ ਦੇ ਵਿੱਚ ਦਾਖਲ ਹੁੰਦਾ ਅਤੇ ਫਿਰ ਕੁਝ ਦੇਰ ਬਾਅਦ ਉਹ ਕਿਸੇ ਸਮਾਨ ਨੂੰ ਲੈ ਕੇ ਦੁਕਾਨਦਾਰ ਨੂੰ ਕਹਿੰਦਾ ਅਤੇ ਬਾਅਦ ਦੇ ਵਿੱਚ ਜਿਵੇਂ ਹੀ ਉਸਨੂੰ ਮੌਕਾ ਮਿਲਦਾ ਤਾਂ ਗੱਲੇ ਦੇ ਵਿੱਚੋਂ ਨਕਦੀ ਕੱਢਦਿਆਂ ਹੀ ਉਹ ਮਿੰਟਾਂ ਸਕਿੰਟਾਂ 'ਚ ਫਰਾਰ ਹੋ ਜਾਂਦਾ। ਇਹ ਵੀਡੀਓ ਬਟਾਲਾ ਤੋਂ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਕਰਿਆਨਾ ਸਟੋਰ ਵਿਖੇ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਚੋਰ ਪਹਿਲਾਂ ਦੁਕਾਨ 'ਚ ਦਾਖਲ ਹੁੰਦਾ ਅਤੇ ਦੁਕਾਨਦਾਰ ਤੋਂ ਕੁਝ ਸਮਾਨ ਦੀ ਮੰਗ ਕਰਦਾ ਅਤੇ ਜਿਵੇਂ ਹੀ ਦੁਕਾਨਦਾਰ ਸਮਾਨ ਕੱਢ ਰਿਹਾ ਹੁੰਦਾ ਇੰਨੀ ਦੇਰ ਨੂੰ ਹੀ ਉਹ ਮੌਕਾ ਦੇਖ ਕੇ ਦੁਕਾਨ ਦੇ ਗੱਲੇ 'ਚੋਂ ਨਕਦੀ ਕੱਢ ਕੇ ਫਰਾਰ ਹੋ ਜਾਂਦਾ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜੋ ਸ਼ਖਸ ਹੈ ਕਿੰਨੀ ਚਤੁਰਾਈ ਦੇ ਨਾਲ ਉਸਦੇ ਵੱਲੋਂ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਦੱਸਿਆ ਜਾ ਰਿਹਾ ਕਿ 40,000 ਦੇ ਤਕਰੀਬ ਜੋ ਨਕਦੀ ਸੀ ਉਸ ਨੂੰ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇੱਕ ਦੁਕਾਨ ਤੋਂ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਸ਼ਖਸ ਪਹਿਲਾਂ ਦੁਕਾਨ ਵਿਖੇ ਸਮਾਨ ਲੈਣ ਲਈ ਪਹੁੰਚਦਾ ਹੈ ਅਤੇ ਫਿਰ ਮੌਕਾ ਦੇਖਦਿਆਂ ਹੀ ਦੁਕਾਨ ਦੇ ਗੱਲੇ 'ਚੋਂ ਨਕਦੀ ਕੱਢ ਕੇ ਫਰਾਰ ਹੋ ਜਾਂਦਾ। ਇਹ CCTV ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਸ਼ਖਸ ਦੁਕਾਨ ਦੇ ਵਿੱਚ ਦਾਖਲ ਹੁੰਦਾ ਅਤੇ ਫਿਰ ਕੁਝ ਦੇਰ ਬਾਅਦ ਉਹ ਕਿਸੇ ਸਮਾਨ ਨੂੰ ਲੈ ਕੇ ਦੁਕਾਨਦਾਰ ਨੂੰ ਕਹਿੰਦਾ ਅਤੇ ਬਾਅਦ ਦੇ ਵਿੱਚ ਜਿਵੇਂ ਹੀ ਉਸਨੂੰ ਮੌਕਾ ਮਿਲਦਾ ਤਾਂ ਗੱਲੇ ਦੇ ਵਿੱਚੋਂ ਨਕਦੀ ਕੱਢਦਿਆਂ ਹੀ ਉਹ ਮਿੰਟਾਂ ਸਕਿੰਟਾਂ 'ਚ ਫਰਾਰ ਹੋ ਜਾਂਦਾ। ਇਹ ਵੀਡੀਓ ਬਟਾਲਾ ਤੋਂ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਕਰਿਆਨਾ ਸਟੋਰ ਵਿਖੇ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਚੋਰ ਪਹਿਲਾਂ ਦੁਕਾਨ 'ਚ ਦਾਖਲ ਹੁੰਦਾ ਅਤੇ ਦੁਕਾਨਦਾਰ ਤੋਂ ਕੁਝ ਸਮਾਨ ਦੀ ਮੰਗ ਕਰਦਾ ਅਤੇ ਜਿਵੇਂ ਹੀ ਦੁਕਾਨਦਾਰ ਸਮਾਨ ਕੱਢ ਰਿਹਾ ਹੁੰਦਾ ਇੰਨੀ ਦੇਰ ਨੂੰ ਹੀ ਉਹ ਮੌਕਾ ਦੇਖ ਕੇ ਦੁਕਾਨ ਦੇ ਗੱਲੇ 'ਚੋਂ ਨਕਦੀ ਕੱਢ ਕੇ ਫਰਾਰ ਹੋ ਜਾਂਦਾ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜੋ ਸ਼ਖਸ ਹੈ ਕਿੰਨੀ ਚਤੁਰਾਈ ਦੇ ਨਾਲ ਉਸਦੇ ਵੱਲੋਂ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਦੱਸਿਆ ਜਾ ਰਿਹਾ ਕਿ 40,000 ਦੇ ਤਕਰੀਬ ਜੋ ਨਕਦੀ ਸੀ ਉਸ ਨੂੰ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇੱਕ ਦੁਕਾਨ ਤੋਂ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਸ਼ਖਸ ਪਹਿਲਾਂ ਦੁਕਾਨ ਵਿਖੇ ਸਮਾਨ ਲੈਣ ਲਈ ਪਹੁੰਚਦਾ ਹੈ ਅਤੇ ਫਿਰ ਮੌਕਾ ਦੇਖਦਿਆਂ ਹੀ ਦੁਕਾਨ ਦੇ ਗੱਲੇ 'ਚੋਂ ਨਕਦੀ ਕੱਢ ਕੇ ਫਰਾਰ ਹੋ ਜਾਂਦਾ। ਇਹ CCTV ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਸ਼ਖਸ ਦੁਕਾਨ ਦੇ ਵਿੱਚ ਦਾਖਲ ਹੁੰਦਾ ਅਤੇ ਫਿਰ ਕੁਝ ਦੇਰ ਬਾਅਦ ਉਹ ਕਿਸੇ ਸਮਾਨ ਨੂੰ ਲੈ ਕੇ ਦੁਕਾਨਦਾਰ ਨੂੰ ਕਹਿੰਦਾ ਅਤੇ ਬਾਅਦ ਦੇ ਵਿੱਚ ਜਿਵੇਂ ਹੀ ਉਸਨੂੰ ਮੌਕਾ ਮਿਲਦਾ ਤਾਂ ਗੱਲੇ ਦੇ ਵਿੱਚੋਂ ਨਕਦੀ ਕੱਢਦਿਆਂ ਹੀ ਉਹ ਮਿੰਟਾਂ ਸਕਿੰਟਾਂ 'ਚ ਫਰਾਰ ਹੋ ਜਾਂਦਾ। ਇਹ ਵੀਡੀਓ ਬਟਾਲਾ ਤੋਂ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਕਰਿਆਨਾ ਸਟੋਰ ਵਿਖੇ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਚੋਰ ਪਹਿਲਾਂ ਦੁਕਾਨ 'ਚ ਦਾਖਲ ਹੁੰਦਾ ਅਤੇ ਦੁਕਾਨਦਾਰ ਤੋਂ ਕੁਝ ਸਮਾਨ ਦੀ ਮੰਗ ਕਰਦਾ ਅਤੇ ਜਿਵੇਂ ਹੀ ਦੁਕਾਨਦਾਰ ਸਮਾਨ ਕੱਢ ਰਿਹਾ ਹੁੰਦਾ ਇੰਨੀ ਦੇਰ ਨੂੰ ਹੀ ਉਹ ਮੌਕਾ ਦੇਖ ਕੇ ਦੁਕਾਨ ਦੇ ਗੱਲੇ 'ਚੋਂ ਨਕਦੀ ਕੱਢ ਕੇ ਫਰਾਰ ਹੋ ਜਾਂਦਾ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜੋ ਸ਼ਖਸ ਹੈ ਕਿੰਨੀ ਚਤੁਰਾਈ ਦੇ ਨਾਲ ਉਸਦੇ ਵੱਲੋਂ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਦੱਸਿਆ ਜਾ ਰਿਹਾ ਕਿ 40,000 ਦੇ ਤਕਰੀਬ ਜੋ ਨਕਦੀ ਸੀ ਉਸ ਨੂੰ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।